ਅੱਠਵੇਂ ਬੰਦ ਹੁੰਦਾ ਹੈ ਜਨੂਬੀ ਪੰਜਾਬ ਤੇ ਇਹਦੇ ਦਾ ਕੋਈ ਮੁਕਾਬਲਾ ਨਹੀਂ ਇਸ ਵਾਸਤੇ ਬਸ ਮੈਂ ਹਾਜ਼ਰੀ ਲਵਾ ਦੇਣਾ ਮਾਸ਼ਾਅੱਲਾ ਬੜੇ ਹਿੱਸਿਆਂ ਵਾਲੇ ਮਦਾ ਖਾਨ ਔਰ ਬਾਬਾ ਸਰਕਾਰ ਬਾਬਾ ਜ਼ੈਦ ਸੁਲਤਾਨ ਸਾਡੇ ਬੜੇ ਇੱਜ਼ਤ ਮੁਆਵਿਨ ਫਕੀਰ ਦੌਰਾਂ ਹਨ ਅੱਲਾ ਇਹਨਾਂ ਨੂੰ ਆਪਣੇ ਅਮਾਨ 'ਚ ਰੱਖੇ ਉਹ ਵੀ ਤੁਹਾਡੇ ਨਾਲ ਸ਼ਰੀਕ ਅਜ਼ਾ ਹੋਣ ਬਹੁਤ ਬੜੀ ਗੱਦੀ ਦੇ ਮਾਲਿਕ ਹਨ ਉਹਨਾਂ ਦੀ ਦੁਆ ਵੀ ਸ਼ਾਮਿਲ ਹੈ ਹਾਲ ਹੈ ਔਰ ਭਾਈ ਨਜਮੁਲ ਹਸਨ ਸ਼ਾਹ ਸਾਹਿਬ ਭਾਈ ਫਰਖ ਅੱਬਾਸ ਅਲੀ ਅਹਿਮਦ ਜੋਈਆ ਸਾਹਿਬ ਬੜੇ ਇੱਜ਼ਤਾਂ ਵਾਲੇ ਮਦਾ ਖਾਨ ਤੁਹਾਡੇ ਵਿੱਚ ਮੌਜੂਦ ਹਨ ਬਸ ਇੱਕ ਸ਼ੇਰ ਓਏ ਸੈਯਦਾ 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 ਐਸਾ ਨਾਜ਼ਮ ਮਿੰਬਰ ਤੋਂ ਪੁੱਜਦਾ ਹੈ ਬਈ ਜਿਹੜਾ ਐਲਾਨ ਹੀ ਕਰੇ ਤੇ ਦਾਦ ਹੀ ਸਾਰੇ ਮਜਮੇ ਨਾਲ ਢੇਰ ਦੇਵੇ ਉਹ ਇਸ ਮੁਲਕ ਵਿੱਚ ਸਿਰਫ ਸਾਬਿਰ ਹੁਸੈਨ ਅੱਲਾ ਰੰਗ ਲਾਓ ਬਾਬਾ ਐਸਾ ਖੂਬਸੂਰਤ ਕਸੀਦਾ ਪੜ੍ਹੀਏ ਤੁਹਾਡੀ ਪਹਿਲੇ ਵੀ ਬੜੀਆਂ ਦੁਆਵਾਂ ਤੇ ਅੱਜ ਮਜ਼ੀਦ ਇਜ਼ਾਫਾ ਹੋਵੇ ਸੀ ਸੈਯਦਾ 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 ਅੱਛਾ ਨਾਰੇ ਦਾ ਸਾਰੇ ਜਵਾਬ ਦੇ ਉਹ ਹੈ ਦਰੀ ਅੱਲਾ ਤੁਹਾਨੂੰ ਵਸ ਰੱਖੇ ਬਿਲਕੁਲ ਮੈਂ ਬੜਾ ਮੁਤਮੈਨ ਹਾਂ ਇਹਦੀ ਸਰਦੀ ਚੋਂ ਚਾਦਰ ਚੋਂ ਹੱਥ ਕੱਢਦੇ ਹਾਂ ਚਾਦਰ ਵਿੱਚੋਂ ਹੱਥ ਕੱਢਾਉਣੀ ਮਾਨਾ ਰੱਖਦਾ ਹੈ ਅਤੇ ਮੇਰੀ ਤਾਂ ਸਾਰੀ ਜ਼ਿੰਦਗੀ ਡਿਮਾਂਡ ਰਹੀ ਨਹੀਂ ਬਈ ਐਂ ਬੋਲਣਾ ਅਤੇ ਐਂ ਬੋਲਣਾ ਬਸ ਇੱਕ ਰਿਕੁਐਸਟ ਹੈ ਬਈ ਚਾਦਰ ਚੋਂ ਹੱਥ ਬੇਸ਼ੱਕ ਨਹੀਂ ਕੱਢਣੇ ਮਗਰ ਚਾਦਰਾਂ ਚੋਂ ਮੂੰਹ ਬਾਹਰ ਕੱਢ ਮਾ ਬਾਬਾ ਜੀ ਕਸੀਦੇ ਸੁਣਨ ਵਾਸਤੇ ਮੂੰਹ ਹੁੰਦੇ ਤੇ ਜੇ ਮੂੰਹ ਹੀ ਨਾ ਬਣਿਆ ਬੈਠੋ ਅੱਲਾ ਜ਼ਿੰਦਗੀ ਦਾ ਰਾਤ ਫਰਮਾਵੇ ਮੈਂ ਕਿਹੜਾ ਵੱਡਾ ਸ਼ੇਰ ਪਿਆ ਫੜਦਾ ਇਮਾਮ ਹੁਸੈਨ ਤੁਹਾਨੂੰ ਰੰਗ ਲਾਵੇ ਤੁਹਾਡੇ ਨਾਲ ਹੀ ਬਹਾਰ ਹਨ ਅੱਲਾ ਇਮਾਮ ਹੁਸੈਨ ਤੁਹਾਡੀਆਂ ਇੱਜ਼ਤਾਂ ਮਾਫੂ ਸ਼ਾਲਾ ਬਾਦਰੋ ਕੌਣ ਹੈ ਸੈਯਦਾ ਮੈਂ ਆਨਾ ਖੁਦਾ ਦੀ ਕਸਮ ਹੈ ਇਹ ਤਾਂ ਕਰਮ ਹੈ ਨਾ ਅੱਲਾ ਦਾ ਸਾਡੇ ਉੱਤੇ ਬਈ ਅਸਾਂ ਗੁਨਾਹਗਾਰ ਲੋਕਾਂ ਨੂੰ ਅੱਲਾ ਚੁਣ ਰਹੀ ਹੈ ਆਪਣੀ ਕਨੀਜ਼ ਦੇ ਜ਼ਿਕਰ ਵਾਸਤੇ ਵਰਨਾ ਸਾਡੀਆਂ ਜ਼ੁਬਾਨਾਂ ਇਸ ਕਾਬਿਲ ਹਨ ਹੀ ਨਹੀਂ ਗੁਲਾਮ ਬਾਸਾ ਯਾਰ ਮੈਂ ਇੱਕ ਬੜਾ ਸੋਹਣਾ ਕਰਕੇ ਤੈਂ ਆਖਿਆ ਜਨਾਬ ਸੈਯਦਾ ਦਾ ਜ਼ਿਕਰ ਕਰਨਾ ਹੈ ਅਤੇ ਮੈਂ ਜਨਾਬ ਸੈਯਦਾ ਹੀ ਸ਼ੁਰੂ ਕੀਤੀ ਖਾਣਾ ਲਫਜ਼ ਸੈਯਦਾ ਤੈਂ ਆਖਿਆ ਅਤੇ ਮੈਂ ਕਸੀਦਾ ਹੀ ਲਫਜ਼ ਸੈਯਦਾ ਤੋਂ ਸ਼ੁਰੂ ਕੀਤਾ ਮੈਂ ਇਸ ਬੀਬੀ ਦੀ ਇੱਜ਼ਤ ਵਿੱਚ ਪਹਿਲਾਂ ਸ਼ੇਰ ਪੜ੍ਹਦਾ ਜਿਸ ਜ਼ਕੀਆ ਕਾ ਜ਼ਾਕਿਰ ਵੋ ਰਹਿਮਾਨ ਹੈ ਜਿਸਕਾ ਪਹਿਲਾ ਕਸੀਦਾ ਹੀ ਕੁਰਾਨ से इस्मतें जिसके चलती रहे आयतें जिसके आंगन में पलते रहे जिसके सजदे भी सजदों की जीनत बने और रकू जिसके अनवार रहमत बने तस्बीहां जिसके लफ्ज में ईजाद की मस्जिदें जिसके बेटों ने आबाद की धूल है जिसके ਖੁਸ਼ਬੂ ਮੁਸਤਫਾ ਹੈ
سيدا سبحان الله ਕਹਿ ਢਿਜਰੀ ਆਈ ਦਾ ਮੁਹਰਮ ਆਈ ਜੁਮੇ ਦੜੀ ਆਈ ਦੁਪਾਰਾ ਦਾ ਵੇਲਾ ਕਰਬਲਾ ਦਾ ਜੰਗਲ ਤੇ ਜ਼ਖਮੀ ਹੁਸੈਨ ਬਈ ਉਲਾਮ ਬਾਸ ਇੱਕ ਹੁਕਮ ਦਿੱਤਾ ਹੈ ਅੱਲਾ ਤੁਹਾਡੀ ਜ਼ਿੰਦਗੀ ਕਰੇ ਜੋ ਮੈਨੂੰ ਇਹ ਦੋ ਤਰ੍ਹਾਂ ਇਵੈਂਟ ਸੁਣਾਓ ਬਾ ਮੈਂ ਉਹ ਮੌਜੂ ਸ਼ੁਰੂ ਕਰ ਦਿੱਤਾ ਹੈ ਸੱਜੇ ਵੇਖਦਾ ਹੈ ਫਿਰਾਵਾਂ ਦੀਆਂ ਲਾਸ਼ਾਂ ਖੱਬੇ ਵੇਦਾ ਫਖਰ ਪੁੱਤਰਾਂ ਦੀਆਂ ਲਾਸ਼ਾਂ ਲੋਗੋ ਮੈਂ ਗਰੀਬ ਯਾਰ ਜਿਹੜਾ ਜਬਰਾਈਲ ਦੇ ਪਰ ਤੇ ਸਮਦਾ ਅਗਰ ਉਹ ਆਖੇ ਮੈਂ ਗਰੀਬ ਹਾਂ ਜ਼ਾਕਰਾਂ ਬਜ਼ੁਰਗਾਂ ਹੀ ਪੜਿਆ ਬਜ਼ੁਰਗਾਂ ਹੀ ਹੁਣ ਵੀ ਪੜੀਂਦਾ ਜਿੱਥੇ ਲੱਥ ਹੈ ਉੱਥੇ ਕੁੱਠਾ ਜਿੱਥੇ ਕੁੱਠਾ ਹੈ ਉੱਥੇ ਦਫਨ ਨਹੀਂ ਜਿੱਥੇ ਲੱਥ ਹੈ ਉਹ ਨਹਿਰੇ ਅਲਕਮਾ ਦਾ ਕਿਨਾਰਾ ਨਹਿਰੇ ਅਲਕਮਾ ਨਜ਼ਮ ਸ਼ਾਹ ਜੀ ਇਸ ਦਾ ਇਸ ਵਾਸਤੇ ਨਾਮ ਹੈ ਜੋ ਉਸ ਵਕਤ ਜੇ ਇਹ ਨਹਿਰ ਬਣਵਾਈ ਆਈ ਉਸ ਬਾਦਸ਼ਾਹ ਦਾ ਨਾਂ ਹੀ ਅਲਕਮਾ ਜਿਹੜੀ ਪਹਿਲੀ ਜਿੱਥੇ ਜਿਹੜੀ ਜਿਹੜੀ ਨਹਿਰ ਤੋਂ ਮੌਲਾ ਗਾਜ਼ੀ ਨੇ ਮਸ਼ਕ ਭਰੀ ਹੈ ਇਹ ਨਹਿਰ ਉਠਾਈ ਹੈ ਮਗਰ ਜਿਹੜੀ ਪਹਿਲੀ ਅਸਲ ਨਹਿਰ ਆਈ ਨਾ ਉਹ ਜਿੱਦਾਂ ਗਾਜ਼ੀ ਦੀ ਅੰਮਾ ਬੀਬੀ ਉਮੁਲ ਬਨੀਨ ਪੁੱਤਰਾਂ ਦੀ ਜ਼ਵਾਰੀ ਵਾਸਤੇ ਆਈ ਹੈ ਤੇ ਬੀਬੀ ਆਖਿਆ ਸੱਜਾਦ ਮੈਨੂੰ ਜਾ ਵਿਖਾ ਮੇਰੇ ਅਲਮਾਲੇ ਬਚੜੇ ਪਾਣੀ ਦੀ ਮਸ਼ਕ ਭਰੀ ਹੈ ਕਿਤਨੀ ਹੈ ਕਰੇ ਸੋ ਜਿੱਦਾਂ ਮੌਲਾ ਸੱਜਾਦ ਦਾਦੀ ਦਾ ਹੱਥ ਨੱਪ ਕੇ ਨਹਿਰ ਦੇ ਕਿਨਾਰੇ ਤੇ ਆਏ ਨਾ ਉਹ ਜਿਹੜੀ ਨਹਿਰ ਵਾਂਦੀ ਪਈ ਆਈ ਗਾਜ਼ੀ ਦੀ ਮਾਂ ਦੇ ਸ਼ਰਮ ਤੋਂ ਨਹਿਰ ਜ਼ਮੀਨ ਤਲੇ ਲੁੱਟ ਗਈ ਅੱਬਾਸ ਦੀ ਮਾਂ ਨੂੰ ਕਿਹੜਾ ਮੂੰਹ ਵਿਖਾਵਾਂ ਹੈ ਉਸ ਨਹਿਰ ਦੇ ਕਿਨਾਰੇ ਤੇ ਜਿਹੜੀ ਮਸਜਿਦ ਇਮਾਮੇ ਜ਼ਮਾਨ ਹੈ ਇੱਥੇ ਹੁਸੈਨ ਲੱਥ ਹੈ ਅੱਧਾ ਕਿਲੋਮੀਟਰ ਹੈ ਜਿੱਥੇ ਹੁਸੈਨ ਕੁੱਠਾ ਹੈ ਮਕਤਲ ਹੈ ਇਹ ਕਸਮ ਇਮਾਮ ਹੁਸੈਨ ਦੀ ਹੈ ਇਹ ਤੇ ਗੱਲ ਹੈ ਜੋ ਇਸ ਜਗ੍ਹਾ ਤੋਂ ਉਸ ਜਗ੍ਹਾ ਤੱਕ ਹੁਸੈਨ ਦੇ ਤਾਂ ਜੋੜ ਹੀ ਟੁੱਟੇ ਹੋਏ ਹਨ ਜਿਹੜਾ ਬਾਹਣ ਦੇ ਕਾਬਿਲ ਨਾ ਹੀ ਉਹ ਅੱਧਾ ਕਿਲੋਮੀਟਰ ਕਿਵੇਂ ਗਿਆ ਮੁਰਖੀਨ ਆਦਿਨ ਹੁਸੈਨ ਨੂੰ ਕਾਤਿਲ ਲੈ ਆਬਾਦ ਰਹੋ ਜਿੱਥੇ ਕੁੱਠਾ ਹੈ ਉੱਥੋਂ 17 ਕਦਮਾਂ 'ਤੇ ਦਫਨ ਹੈ ਇਹ ਸਰ ਨਾਲ ਕੋਈ ਨਾ ਹੀ ਅਤੇ ਜਿਹੜੇ ਵੇਲੇ ਸੱਜਣ ਮਿਲਣ ਆਏ ਨਾ ਯਾਰਾਂ ਦੀ ਰਾਤ ਨੂੰ ਅਤੇ ਮਾਂ 17 ਕਦਮਾਂ 'ਤੇ ਰੁਕੀ ਅਤੇ ਸ਼ਬੀਰ ਦੇ ਨਾਨੇ ਫਰਮਾਇਆ ਬਤੜਾ ਬਚੜਾ ਬਤੂਲ ਹੁਸੈਨ ਕੋ ਨਾ ਮਿਲ ਸੇ ਅਸੀਂ ਮਿਲਣ ਆਈਆਂ ਬਾਬਾ ਮੇਰੇ ਹੁਸੈਨ ਨੂੰ ਆਖ ਮੇਰਾ ਉਧਾਰ ਲਹਾ ਆਬਾਦ ਰਹੋ ਆਬਾਦ ਰਹੋ ਤ੍ਰੈ ਜਮਾਤ ਦੀ ਉਸਾਨੀ ਆਈ ਸ਼ਾਮ ਵੇਲੇ 70 ਕਦਮਾਂ 'ਤੇ ਬਹਿ ਗਈ ਆਈ ਬਾਬਾ ਮੇਰਾ ਕੁੱਲੇ ਈਮਾਨ ਅਲੀ ਗਵਾਹ ਹੈ ਆਦਾ ਹੀ ਅੰਮਾ ਛੱਡੇ ਤਾਂ ਮੈਂ ਆਵਾਂ ਫਿਰ ਮੇਰੇ ਕਫਨ ਦੇ ਬੰਦ ਖੁੱਲ ਗਏ ਹਨ ਫਿਰ 17 ਕਦਮਾਂ ਤੱਕ ਹੁਸੈਨ ਜਿੱਥੇ ਕੁੱਠਾ ਹੀ ਨਾ ਬਗੈਰ ਸਰ ਦੇ ਲਾਸ਼ ਉੱਠੀ ਪਈ ਹੈ 17 ਕਦਮਾਂ ਤੱਕ ਤੁਰਦਾ ਹੀ ਗਿਆ ਅਤੇ ਆਦਾ ਹੀ ਗਿਆ ਤਾਂ ਕਫਨ ਵਿੱਚੋਂ ਮੈਨੂੰ ਛੱਡਿਆ ਅੰਮਾ ਆਬਾਦ ਜਿੱਥੇ ਕੁੱਠਾ ਹੈ ਉਸ ਤੋਂ ਉੱਭੇ ਵਾਲੇ ਪਾਸੇ ਯਾਨੀ ਸ਼ਮਾਲ ਵਾਲੇ ਪਾਸੇ 70 ਕਰੇ ਕਰਮ ਸਾਡੀ ਜ਼ਾਤੀ ਜ਼ੁਬਾਨ 'ਤੇ ਆ ਗਈ ਹੈ 70 ਕਦਮ ਦੋ ਕਦਮਾਂ ਦਾ ਇੱਕ ਕਰਮ ਹੁੰਦਾ ਜਾਂ ਕਰੇ ਤੁਸੀਂ ਸਾਰੇ ਜਾਣਦੇ ਹੋ ਇਹ 70 ਕਰੇ ਸਫ਼ਰ ਹੈ ਜਿੱਥੇ ਕੁੱਠਾ ਹੈ ਅਤੇ ਜਿੱਥੋਂ ਬਹਿਣ ਡਿੱਠਾ ਹੈ ਬਹਿਣ ਡਿੱਠਾ ਹੈ ਇਸ ਪਾਸੇ ਇਹਦੇ ਹੁਸੈਨ ਕੁਸਤਾ ਪਿਆ ਉੱਥੇ ਬੈਂਡ ਖਲੀ ਇੰਨ ਪਈ ਵੇਦੀ ਆਈ ਉੱਥੋਂ ਤਿਲੈ ਜ਼ੈਨਬੀਆ ਤੂੰ ਅੱਜ ਜ਼ਵਾਰ ਵੰਨ ਕੇ ਇਸ ਚੁੰਡੇ 'ਚ ਵੇਖੇ ਨਾ ਇਸ ਚੁੰਡੇ
تقریباً ترائے ایکڑا دے سفر تے باو جی مقام زافر جتے زافر جن آیا امام حسین دی مدد واسطے اینا وینا دے حکم کیتے غلام عباس با میں یہ دو ترائے وین تو ڈیڑھ دو منٹے سنا کے چھٹی پیا دینا خدا دی قسم ترائے ایکڑا تے یعنی اتنا تا رش آئی جو ترائے ایکڑا تے اس نو کھلو منڈی جا ملی اتھو کھڑو کے حقل ماری اس شبیر نوکر دا سلام جدہ دکھیاں نو سجن مل جا مل دکھ ود ود جی میں زانو آتے متھی رکھ متھا رکھی میں ٹائی سر جا گیا در زافر بنا لوٹ پہ گئی ہے آباد رہو آباد رہو آباد رہو جوانی نصیب ہوئی زافر موند بھار مٹی دے ڈھیں پیئے مر ونیا وستا زمانہ آئی بھریا گھر بطور لہائی سونے سونے پترانی قطار بھی رہوان دیا بھی کہ بد نظریں دی نظر لگ گئی مولا میں نو زمانہ یاد ہے جدا تو نانے دی مہر دے سواروں لاوے تیرا نانا دائی حسین جی دے دلے مہار مو آباد رہو آباد رہو بڑی مندوری علی محلس بڑے خلوص نال پھوڑی بھی چھائیس مولا بچیاں نو رنگ لاؤس جدا زافر سوال کیتے میں نو غادی دی قسمیں کربلا دی نگری ہلن پائے گئی ہے شہداواں دی انداشاں تڑپن پائے گئی ہیں حسین بولے تے اللہ دا عرش ہل گیا ہے ہاتھ ودا کے پیا دے کیا جواب دیں تیرے سوال دا لال کس کی ہے میرا آباد رہو آباد رہو نوکر اللہ بچے حوصلہ حوصلے نال حوصلے نال سید بیٹھا دے کیا جب ہائے سوال ادا لال کس کی ہے میرا آباد رہو آباد ٹھہر جا ٹھہر جا ٹھہر جا ٹھہر جا ٹھہر جا ڈیڑھ ہزار سال ہو گئی ہے تہاڈی اس سردی وچ اے حالت ہو گئی ہے تینو زہرا دا واسطہ ہے اتھائی بہ کے سوچ اس ویلے حسین دی کیڑی حالت ہو سی تے زافر دی کیا حالت ہو سی جی میں کھڑا ہائی تلیاں زمین تے آ لگیاں آدھے میں مر ونیا جنو دو ماواں رل کے پالائی پتر کوہائی بیٹھے سید آدھے زافر تو اکبر دی گل کردے مینو رب دی قسم لا دب لاش میں اصغر دی چائی نرم ہا بدن میں گرم ریت پائی آباد رہو اس وڈا کیڑا مسئلہ جی کا رام نہ کا رام زندگی ہوے رو رو کے پیا دے لا دب لا دب ہائے 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 ارمانے میں سارے ذاکر تو تھوڑا ٹائم پڑھیا ہے سارے ذاکر تو تھوڑا پیا پڑھدا مگر میں حکمت دی گل کردا جی ہائے 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 عمران شاہ اور عادل اچھا ریت جو پائی اس تے سوکھی پائی اس چلو پھر پڑھ دیو لا دا پہلے لا میں اشارہ کر دیں نرم ہا بدن میں گرم ریت پائی آباد رہو آباد رہو سیدہ دے زافر میں نے ایک ارمان کھا گئے زافر آدھے کیڑا فرمین دن اٹھاوی رجب دی ڈھل دی رات آئی سیدہ دے صحابیاں دیاں دھیاں ستیاں رہیاں نبی دیاں دھیاں برکے گلے دیاں آئے سیادہ دے سب ہیں بیرار رون دے ٹورے ہیں سانو کہیں نہیں آکے آج رات ڈگ با آباد رہو آباد ہاتھ نہ جوڑے کرو نوکارا بس آخری سطر پڑھنا انہا حج نہیں پڑھن دیتا دو محرم نو کر بلا گھن لائے ستوی دا پانی بند آج تری جاڑی ہیں میری اب ہے نا تصیر یار جڑے بندے زندگی ہائے نہیں کی تھی اس بندے دا پتھر دا دل لینا
تاں بھی میں اس دی حید ہزامینا اے لفظ ایڈا وڈا اے شبیر جا حال دین دے بیٹھے ہیں زمین حلی حسین سجے ڈٹھا ہے تا قاتل آندا پی آئی سید زاکر سردار بیٹھے ہو بی بی دی قسم قاتل نوے کے غریب دے موہ جو نکلے انا للہ اللہ دار شاہ لڑ پہ گیا حسین کھبے ڈٹھا ہے غریب نو کوئی شہ نظر آئی ہے دعا ہتھا نال ماتم کی دا زفر آتا ہے ہون کیوں رونا ہے تا رو کے آتا ہے ای اگان جگر میر پہ کھان دیئے